So when we talk about research, the first question in your mind is what is research? So everyone faces problem everywhere. ਤੁਸੀਂ ਜਦੋਂ ਵੀ ਆਪਣੀ ਲਾਈਫ ਦੇ ਵਿੱਚ ਐਜੂਕੇਸ਼ਨ ਤੋਂ ਬਿਨਾ ਵੀ ਗੁਜ਼ਰਦੇ ਹੋ ਸਵੇਰ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਯੂ ਮੇ ਫੇਸ ਡਿਫਰੈਂਟ ਕਾਈਂਡ ਆਫ ਪ੍ਰੋਬਲਮਸ ਜਿਨ੍ਹਾਂ ਨੂੰ ਤੁਸੀਂ ਫੇਸ ਕਰਦੇ ਹੋ ਆਪਣੀ ਲਾਈਫ ਦੇ ਵਿੱਚ ਦੀਸ ਪ੍ਰੋਬਲਮਸ ਕੈਨ ਬੀ ਸਿੰਪਲ ਟੂ ਕੰਪਲੈਕਸ ਜੇ ਸਵੇਰੇ ਅਸੀਂ ਬ੍ਰੇਕਫਾਸਟ ਕਰਨਾ ਹੋਵੇ ਕਈ ਵਾਰ ਬ੍ਰੇਕਫਾਸਟ ਕਰਨ ਟਾਈਮ ਡਿਸਾਈਡ ਕਰਨਾ ਹੁੰਦਾ ਕਿ ਸਵੇਰੇ ਬ੍ਰੇਕਫਾਸਟ ਕੀ ਲੈਣਾ ਸੋ ਉਹ ਵੀ ਕੀ ਹੈ ਇੱਕ ਛੋਟੀ ਜਿਹੀ ਪ੍ਰੋਬਲਮ ਹੈ ਇਸੇ ਤਰੀਕੇ ਨਾਲ ਤੁਹਾਡੀ ਐਜੂਕੇਸ਼ਨਲ ਲਾਈਫ ਦੀਆਂ ਤੁਹਾਡੀਆਂ ਪਰਸਨਲ ਲਾਈਫ ਦੀਆਂ ਤੁਹਾਡੀਆਂ ਸੋਸ਼ਲ ਲਾਈਫ ਦੀਆਂ ਦੇਰ ਆਰ ਐਨ ਨੰਬਰ ਆਫ ਪ੍ਰੋਬਲਮਸ ਜਿਹੜੀਆਂ ਕੁਝ ਸਿੰਪਲ ਹੋ ਸਕਦੀਆਂ ਨੇ ਕੁਝ ਕੰਪਲੈਕਸ ਹੋ ਸਕਦੀਆਂ ਨੇ ਫੋਰ ਐਗਜ਼ਾਮਪਲ ਯੂ ਆਰ ਚੂਜ਼ਿੰਗ ਅ ਪੈਨ ਟੂ ਰਾਈਟ ਦੈਟ ਕੈਨ ਬੀ ਅ ਪ੍ਰੋਬਲਮ ਇਨ ਬਿਫੋਰ ਯੂ ਔਰ ਸੋ ਇਨ ਨਟਸ਼ੈਲ ਆਈ ਵਾਂਟ ਟੂ ਸੇ ਦੈਟ ਵੀ ਫੇਸ ਪ੍ਰੋਬਲਮ ਐਵਰੀਵੇਅਰ ਇਨ ਲਾਈਫ ਪਰਸਨਲ ਸੋਸ਼ਲ ਐਜ਼ ਵੈਲ ਐਜ਼ ਐਜੂਕੇਸ਼ਨਲ ਐਂਡ ਦੀਜ਼ ਪ੍ਰੋਬਲਮਸ ਕੈਨ ਬੀ ਸਿੰਪਲ ਟੂ ਕੰਪਲੈਕਸ ਕੁਝ ਸਿੰਪਲ ਪ੍ਰੋਬਲਮਸ ਦਾ ਹੱਲ ਬਹੁਤ ਜਲਦੀ ਮਿਲ ਜਾਂਦਾ ਕੁਝ ਕੰਪਲੈਕਸ ਪ੍ਰੋਬਲਮਸ ਵਾਸਤੇ ਵੀ ਹੈਵ ਟੂ ਸਪੈਂਡ ਸਮ ਟਾਈਮ ਐਂਡ ਡੂ ਆਰ ਬੈਸਟ ਐਫਰਟਸ ਦੈਨ ਕਮਸ ਟੂ ਦਾ ਨੈਕਸਟ ਪੁਆਇੰਟ ਜਿਹੜੀ ਵੀ ਪ੍ਰੋਬਲਮ ਆਉਂਦੀ ਹੈ ਈਚ ਪ੍ਰੋਬਲਮ ਹੈਜ਼ ਇਟਸ ਸਲਿਊਸ਼ਨ ਔਰ ਵੀ ਕੈਨ ਸੇ ਦੈਟ ਮੋਰ ਦੈਨ ਵਨ ਸਲਿਊਸ਼ਨ ਸੋ ਇਟ ਮੀਨਸ ਵੀ ਹੈਵ ਟੂ ਡੂ ਸਮ ਐਫਰਟਸ ਜੇ ਅਸੀਂ ਥੋੜ੍ਹੇ ਜਿਹੇ ਐਫਰਟਸ ਕਰਾਂਗੇ ਦੈਨ ਵੀ ਵਿਲ ਡੈਫੀਨੇਟਲੀ ਫਾਈਂਡ ਅ ਸਲਿਊਸ਼ਨ ਟੂ ਅ ਪ੍ਰੋਬਲਮ ਮੈਨ ਡਿਵਾਈਸ ਐਂਡ ਅਪਲਾਈ ਬੈਟਰ ਮੈਥਡਸ ਫਾਰ ਸਲਿਊਸ਼ਨ ਹੇਅਰ ਮੈਨ ਡਜ਼ਨਟ ਮੀਨ ਦ ਜੈਂਡਰ ਇਨ ਕੰਟੈਕਸਟ ਆਫ ਜੈਂਡਰ ਮੈਨ ਮੀਨਸ ਬੋਆਏ ਔਰ ਗਰਲ ਮੈਨ ਐਂਡ ਵੂਮੈਨ ਮੈਨ ਡਿਵਾਈਸ ਐਂਡ ਅਪਲਾਈ ਬੈਟਰ ਮੈਥਡਸ ਫਾਰ ਸਲਿਊਸ਼ਨ ਉਹ ਕੋਸ਼ਿਸ਼ ਕਰਦਾ ਰਹਿੰਦਾ ਲਗਾਤਾਰ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਵੀ ਪ੍ਰੋਬਲਮ ਆਉਂਦੀ ਹੈ ਉਹਦਾ ਬੈਸਟ ਸਲਿਊਸ਼ਨ ਲੱਭਿਆ ਜਾਵੇ ਨਾਓ ਦਾ ਕੁਐਸਚਨ ਬਿਫੋਰ ਯੂ ਪੀਪਲ ਇਜ਼ ਵਟ ਮੇਕਸ ਹਿਮ ਡਿਵਾਈਸ ਨਿਊ ਥਿੰਗਸ ਵਟ ਸੁਜੈਸਟ ਹਿਮ ਟੂ ਟਰਾਈ ਡਿਫਰੈਂਟ ਵੇਜ਼ ਉਹ ਕਿਹੜੀਆਂ ਫੋਰਸਿਸ ਨੇ ਉਹ ਕਿਹੜੀ ਪ੍ਰੋਸੈਸ ਹੈ ਜਿਹੜੀ ਉਹਨਾਂ ਨੂੰ ਕੁਛ ਨਵਾਂ ਸੋਚਣ ਲਈ ਕੁਛ ਨਵਾਂ ਕਰਨ ਲਈ ਮੋਟੀਵੇਟ ਕਰਦੀ ਹੈ ਤਾਂ ਕਿ ਪ੍ਰੋਬਲਮ ਦਾ ਕੋਈ ਨਾ ਕੋਈ ਸਲਿਊਸ਼ਨ ਹੋ ਸਕੇ ਟੂ ਫਾਈਂਡ ਸਲਿਊਸ਼ਨ ਵੀ ਹੈਵ ਟੂ ਫੋਲੋ ਸਮ ਪ੍ਰੋਸੀਜਰ ਔਰ ਵੀ ਕਾਲ ਇਟ ਰਿਸਰਚ ਸੋ ਇਟ ਮੀਨਸ ਜਦੋਂ ਵੀ ਅਸੀਂ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਸਾਡੇ ਸਾਹਮਣੇ ਪੇਸ਼ ਆਉਂਦੀ ਹੈ ਇਫ ਵੀ ਵਾਂਟ ਟੂ ਫਾਈਂਡ ਆਊਟ ਐਨ ਆਂਸਰ ਔਰ ਸਲਿਊਸ਼ਨ ਟੂ ਦੈਟ ਪਰਟੀਕੁਲਰ ਪ੍ਰੋਬਲਮ ਵੀ ਹੈਵ ਟੂ ਫੋਲੋ ਸਮ ਪ੍ਰੋਸੀਜਰ ਵਿਚ ਇਜ ਕਾਲਡ ਐਜ਼ ਅ ਰਿਸਰਚ ਇਨ ਸਿੰਪਲ ਲੈਂਗੁਏਜ ਇਨ ਲੇਟਰ ਔਨ ਵੀ ਵਿਲ ਸਟੱਡੀ ਦ ਰੀਅਲ ਮੀਨਿੰਗ ਆਫ ਰਿਸਰਚ ਇਟਸ ਪ੍ਰੋਸੈਸ ਇਟਸ ਕੰਪੋਨੈਂਟ ਐਂਡ ਇਟਸ ਸਟੈਪਸ ਮਾਈ ਨੈਕਸਟ ਕੁਐਸਚਨ ਇਜ਼ ਦੈਟ ਜਦੋਂ ਵੀ ਤੁਸੀਂ ਰਿਸਰਚ ਵਰਡ ਸੁਣਦੇ ਹੋ ਤਾਂ ਰਿਸਰਚ ਨਾਲ ਰਿਲੇਟਡ ਤੁਹਾਡੇ ਮਾਇੰਡ 'ਚ ਦੋ ਤਿੰਨ ਟਰਮਸ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਪਹਿਲੀ ਟਰਮ ਆਉਂਦੀ ਹੈ ਡਿਸਕਵਰੀ ਜੋ ਇਹਦੇ ਨਾਲ ਕੋਰਲੇਟਡ ਟਰਮ ਲੱਗਦੀ ਹੈ ਜਾਂ ਸਮਟਾਈਮ ਐਜ਼ ਅ ਸਿਨੋਨਿਮਸ ਯੂਜ਼ ਕਰ ਲੈਂਦੇ ਹਾਂ ਡਿਸਕਵਰੀ ਕੋਈ ਹੋਰ ਵਰਡ ਜਿਹੜਾ ਤੁਹਾਨੂੰ ਲੱਗਦਾ ਹੋਵੇ ਇਹਦੇ ਨਾਲ ਰਿਲੇਟਡ ਹੈ ਰਿਸਰਚ ਨਾਲ ਰਿਲੇਟਡ ਐਨੀ ਅਦਰ ਵਰਡ ਵਨ ਇਜ਼ ਡਿਸਕਵਰੀ ਐਨੀ ਅਦਰ ਆਈਡੀਆ ਬੇਟਾ ਫਰੋਮ ਯੂਅਰ ਸਾਈਡ ਇਨਫਰ ਇਨਫਰ ਗੁੱਡ ਹੋਰ ਇਨੋਵੇਸ਼ਨ ਜਾਂ ਇਨੋਵੇਸ਼ਨ ਇਨਵੈਂਸ਼ਨ ਇਨਵੈਂਸ਼ਨ ਇਨੋਵੇਸ਼ਨਸ ਐਨਾਲਾਈਸਿਸ analysis yes any other comparison with the earlier made similar research yes that can be a one meaning coming to your mind basically je hun mainu sare nu sum up karan then we can sum up that there are three terms which are used in place of the other term one is a research another one is a discovery and third one is a innovation ਇਨ ਮੈਨੀ ਪਲੇਸਿਸ ਜਦੋਂ ਇੱਕ ਲੇਮੈਨ ਗੱਲ ਕਰਦਾ ਰਿਸਰਚ ਦੀ ਤਾਂ ਉਹਦੇ ਵਾਸਤੇ ਤਿੰਨੋਂ ਮੀਨਿੰਗਸ ਕੀ ਲੱਗਦੇ ਨੇ ਸੇਮ ਲੱਗਦੇ ਨੇ ਡਿਸਕਵਰੀ ਇਨੋਵੇਸ਼ਨ ਐਂਡ ਰਿਸਰਚ ਕੈਨ ਯੂ ਟੈਲ ਮੀ ਵਟ ਇਜ਼ ਦ ਡਿਫਰੈਂਸ ਬਿਟਵੀਨ ਡਿਸਕਵਰੀ ਐਂਡ ਇਨੋਵੇਸ਼ਨ ਬੇਟਾ ਔਰ ਇਨਵੈਂਸ਼ਨ ਯੂ ਕੈਨ ਸੇ ਇਨਵੈਂਸ਼ਨ ਇਨੋਵੇਸ਼ਨ ਦੀ ਜਗ੍ਹਾ ਡਿਸਕਵਰੀ ਇਜ਼ ਸਮਥਿੰਗ ਲਾਈਕ ਇਫ ਆਈ ਐਮ ਨਾਟ ਰੋਂਗ ਹਿਟ ਇਨ ਟ੍ਰਾਇਲ ਸੇ ਅਚਾਨਕ ਸੇ ਯੂ ਡਿਸਕਵਰ ਸਮਥਿੰਗ ਯੈਸ ਇਨੋਵੇਸ਼ਨ ਇਜ਼ ਵੈਨ ਯੂ keep on trying doing something aur fir aap us pe apna pura effort laga ke koi cheez nikalte hain yes good ek kal main tonu class de vich vi discuss kar rahe hain ki jadon aap physically class de vich hovange us time vi mera ehi focus hoyega
यू ऑलवेज ट्राई टू गिव आंसर. जिस तरह तुम उन्हें कहा कि आई एम नॉट श्योर आई एम राइट, नो प्रॉब्लम एट ऑल. इफ यू आर रॉन्ग देन ऑल्सो यू हैव मेड एन अटेम्प्ट. So as a teacher educator, we should always promote interaction between students as well as student and teachers. We have to design our classroom in a way that where we can ask question and student can give answer. Those answers can be right or wrong, but both type of answer can give us the learning. Both type of answer can give us a line to think. So your answer is almost right. The discovery is incidental in nature. It may be unsystematic. Discovery is incidental, जैसे आपने बोला था कि जिसको हम अचानक कुछ ढूंढ लेते हैं, that is called discovery, जिसके लिए properly systematic way से काम नहीं हुआ होता, लेकिन we find something. इसकी मैंने example अगर दूं तो Vasco da Gama discovered India. You can remember this line. Basically, Vasco da Gama ने जब इंडिया को डिस्कवर किया था, वो इंडिया को डिस्कवर करने के लिए नहीं चला था. You might be knowing this fact that, बेटा, you might be knowing this fact or Google it, कि Vasco da Gama ने जब इंडिया को डिस्कवर किया, then he was not, then finding India was not in the plan of Vasco da Gama. That was incidental. That was unsystematic. उसको मिल गया, discover हो गया. So discovery is incidental in nature and it can be unsystematic. And the second word is invention. As you have already said that for inventing something, we have to follow a proper procedure. We have to do our continuous efforts. Then we can invent something. So to find something new, it is always a systematic process. Any example of invention, beta? Any one example of invention? Sir, bulb. Yes, very so good. So, for example, nowadays we are suffering from corona throughout the world, and we are trying to invent the medicine of corona. Yes, absolutely right. It means we are trying to find something new, that is corona vaccination, and we are following a systematic process like first trial, second trial, third trial, then we will implement that vaccination to the population. It means we are going through a systematic planned process. That is the real meaning of invention. I think now all of you will be very much clear about these three terms, research, discovery, and invention. Am I right, beta? Yes, sir. Okay. Yes, sir. प्लीज रिमेंबर वन थिंग, जदों आपां कुछ याद करते हैं पढ़ते हैं, दैट इज़ अ फर्स्ट स्टेज, रिमेंबरिंग स्टेज. जदों असीं उन्हूं किसी क्वेश्चनिंग नाल डिस्कस कर लैंदे हैं, दैट इज़ अ सैकेंड स्टेज, अंडरस्टैंडिंग ऑफ समथिंग. जदों तुसीं उहदी कोई ना कोई एग्जाम्पल दे पाउंदे हो, दैन यू आर मूविंग टू द हायर ऑर्डर थिंकिंग स्किल्स. सो जदों भी तुसीं कोई टॉपिक पढ़ो, किसी भी सब्जेक्ट का, इट कैन बी फ्रॉम अ रिसर्च पेपर और एनी अदर पेपर, ट्राई टू फाइंड आउट सम एग्जाम्पल्स. Like we have tried to give example of discovery. Vasco da Gama discovered India. Now with this statement, you have tried to apply the basic component of discovery. Okay. Discovery is unsystematic. Discovery is incidental in nature. You have tried these two characteristics of discovery to find out the example. Vasco da Gama discovered India. In a same way, I have given you example or a key term of invention, and you have given me an example of bulb. Bulb was invented by this person. TV was invented by this person. Corona vaccination is invented by this firm. So in this way, always try to find out the example and always try to generate example. This is the best way to learn at higher order level. So these can be a simple question in your mind when you think about the research in the field of education. We may come across the questions like, how many elementary schools should be opened in the state? Where should these schools be opened? These can be important question in the field of education. And what can be the raw expected answer?
open school anywhere between 250 to 500 population. This is one very raw answer of the question. And the second one can be open schools where people want. This can be two probable raw expected answer to a given question. Is it okay, beta? In the field of education, sir, we may face different kind of question, and I have suggested some raw expected answers. Now, in the next slide, we will see some more expected answer, which may be more suitable as compared to these two answers. So, more expected answer can be how many children are in that area, the first criteria. Second, who are the inhabitants of that area? How many children will be born in the area in the coming years? It means before opening a school, we are estimating the population that a school will be opened in 2021. But it will not be an investment for 1 year or 2 years. It means we are investing for next 50 years. So we must know that ਉਹ ਪਾਰਟੀਕੂਲਰ ਏਰੀਆ ਜਿੱਥੇ ਸਕੂਲ ਖੋਲ੍ਹਣ ਜਾ ਰਹੇ ਹਾਂ ਉਹਦੇ ਆਲੇ ਦੁਆਲੇ ਦੀ ਪਾਪੂਲੇਸ਼ਨ ਕੀ ਆ, ਉਹ ਪਾਪੂਲੇਸ਼ਨ ਦੀ ਗਰੋਥ ਰੇਟ ਕੀ ਆ, ਉਹਦੇ ਵਿੱਚ ਆਉਣ ਵਾਲੇ ਜਿਹੜੇ ਈਅਰਸ ਨੇ ਉਹਦੇ ਵਿੱਚ ਕਿੱਥੇ ਕਿੱਥੇ ਹੋਰ ਪਾਪੂਲੇਸ਼ਨ ਇਨਕਰੀਜ਼ ਹੋ ਸਕਦੀ ਹੈ. ਦੈਨ ਹਾਊ ਮੈਨੀ ਸਕੂਲਸ ਆਲਰੇਡੀ ਐਗਜਿਸਟ ਇਨ ਦੈਟ ਏਰੀਆ, ਇਹ ਪ੍ਰੋਮੀਨੈਂਟ ਕੁਐਸਚਨ ਬਿਫੋਰ ਅਸ. ਦੈਨ ਵਟ ਇਜ਼ ਅ ਮਾਈਗ੍ਰੇਸ਼ਨ ਰੇਟ ਇਨ ਦੈਟ ਏਰੀਆ. ਇਹ ਨਾ ਹੋਵੇ ਤੇ ਅਸੀਂ ਅੱਜ ਸਕੂਲ ਖੋਲਿਆ ਹੋਵੇ 500 ਪਾਪੂਲੇਸ਼ਨ ਦੇਖ ਕੇ ਤੇ ਉੱਥੋਂ ਹਰ ਸਾਲ 10 ਫੈਮਿਲੀਜ਼ ਮਾਈਗ੍ਰੇਟ ਹੁੰਦੀਆਂ ਹੋਣ ਤੇ ਅਗਲੇ 4 ਔਰ 5 ਇਅਰਸ ਦੇ ਵਿੱਚ ਉੱਥੋਂ 50-70 ਫੈਮਿਲੀਜ਼ ਮਾਈਗ੍ਰੇਟ ਹੋ ਚੁੱਕੀਆਂ ਨੇ. ਦੈਨ ਵਟ ਵਿਲ ਬੀ ਦਾ ਆਊਟਪੁੱਟ ਆਫ ਆਰ ਇਨਵੈਸਟਮੈਂਟ ਐਂਡ ਵਟ ਇਜ਼ ਦਾ ਡਿਪੈਂਡੈਂਸੀ. ਸੋ ਆਲ ਦੀਜ਼ ਕੁਐਸਚਨ ਕੈਨ ਬੀ ਅ ਮੋਰ ਵੈਲ ਫਰੇਮਡ ਕੁਐਸਚਨ ਬਿਫੋਰ ਓਪਨਿੰਗ ਅ ਸਕੂਲ. ਸੋ ਨਾਓ ਯੂ ਕੈਨ ਕੰਪੇਅਰ the two answers in the last slide and the 5-6 answer in this particular slide. ਇਹ ਤੋਂ ਬੇਟਾ ਕਲੀਅਰ ਹੋ ਰਿਹਾ ਨਾ ਕਿ ਪਹਿਲੀ ਬਿਲਕੁਲ ਰੋ ਥਿੰਕਿੰਗ ਹੈ. ਜਦੋਂ ਅਸੀਂ ਉਹਦੀ ਡਿਟੇਲ 'ਚ ਜਾਵਾਂਗੇ ਦੈਨ ਵੀ ਵਿਲ ਟਰਾਈ ਟੂ ਸੀ ਦਾ ਅਦਰ ਆਸਪੈਕਟ ਬਿਫੋਰ ਓਪਨਿੰਗ ਅ ਨਿਊ ਸਕੂਲ. ਸੋ ਦਿਸ ਇਜ਼ ਅ ਸਿੰਪਲ ਐਗਜ਼ਾਮਪਲ ਦੈਟ ਵੈਨ ਐਵਰ ਵੀ ਆਰ ਕੰਡਕਟਿੰਗ ਅ ਰਿਸਰਚ ਵੀ ਹੈਵ ਟੂ ਸੀ ਦਾ ਡਿਫਰੈਂਟ ਪੋਸੀਬਿਲਿਟੀਜ਼ ਟੂ ਫਾਈਂਡ ਅ ਕੁਰੈਕਟ ਸੋਲਿਊਸ਼ਨ ਆਫ ਅ ਪ੍ਰੋਬਲਮ. ਉਹ ਕਰੈਕਟ ਸੋਲਿਊਸ਼ਨ ਕਿਵੇਂ ਫਾਈਂਡ ਆਊਟ ਕਰਾਂਗੇ? ਵੀ ਹੈਵ. ਸੋ ਆਪਾਂ ਪਿਛਲੀ ਸਲਾਈਡ 'ਚ ਕੀ ਦੇਖਿਆ ਸੀ ਕਿ ਦੋ ਰੋ ਕੁਐਸਚਨ ਦਿੱਤੇ ਹੋਏ ਸੀ ਆਂਸਰ ਕੁਐਸਚਨ ਦੇ, ਲੇਕਿਨ ਇੱਥੇ ਅਸੀਂ ਥੋੜ੍ਹਾ ਜਿਹਾ ਆਰਗਨਾਈਜ਼ ਵੇ ਨਾਲ ਹੋਰ ਕੁਐਸਚਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਉਸ ਪ੍ਰੋਬਲਮ ਦਾ ਕੋਈ ਨਾ ਕੋਈ ਸੂਟੇਬਲ ਆਂਸਰ ਫਾਈਂਡ ਆਊਟ ਕਰੀਏ. ਸੋ ਇਨ ਦਿਸ ਵੇ ਵੀ ਹੈਵ ਫਰੇਮਡ 5-6 ਨਿਊ ਕੁਐਸਚਨ ਵਿਚ ਸੀਮਸ ਟੂ ਬੀ ਮੋਰ ਆਰਗਨਾਈਜ਼ਡ, ਮੋਰ ਪਲੈਨ ਟੂ ਫਾਈਂਡ ਆਊਟ ਅ ਕਰੈਕਟ ਆਂਸਰ ਆਫ ਅ ਗਿਵਨ ਪ੍ਰੋਬਲਮ. ਸੋ ਇਨ ਦਿਸ ਵੇ ਇਨ ਰਿਸਰਚ ਵੀ ਫੋਲੋ ਅ ਸਿਸਟਮੈਟਿਕ ਪ੍ਰੋਸੀਜਰ ਟੂ ਫਾਈਂਡ ਆਊਟ ਅ ਸੋਲਿਊਸ਼ਨ ਆਫ ਅ ਪ੍ਰੋਬਲਮ. ਨਾਓ ਦ ਨੈਕਸਟ ਕੁਐਸਚਨ ਇਜ਼ ਵਟ ਆਰ ਦ ਡਿਫਰੈਂਟ ਵੇਜ਼ ਟੂ ਫਾਈਂਡ ਆਂਸਰ. ਕਿਉਂਕਿ ਰਿਸਰਚ ਅੱਜ ਨਹੀਂ ਸ਼ੁਰੂ ਹੋਈ, ਰਿਸਰਚ ਬਹੁਤ ਸਾਲਾਂ ਤੋਂ ਰਿਸਰਚ ਹੁੰਦੀ ਆ ਰਹੀ ਹੈ, ਤੇ ਜਦੋਂ ਅਸੀਂ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਕਿਹੜੇ ਮੈਥਡ ਯੂਜ਼ ਕੀਤੇ ਜਾਂਦੇ ਨੇ ਕਿਸੇ ਵੀ ਪ੍ਰੋਬਲਮ ਦੇ ਸੋਲਿਊਸ਼ਨ ਦੇ ਆਂਸਰ ਵਾਸਤੇ ਜਾਂ ਉਹਦਾ ਕੋਈ ਨਾ ਕੋਈ ਪਰਮਾਨੈਂਟ ਸੋਲਿਊਸ਼ਨ ਲੱਭਣ ਵਾਸਤੇ, ਦੈਨ ਸਾਡੇ ਸਾਹਮਣੇ ਆਉਂਦੇ ਨੇ ਕਿ ਦੀਜ਼ ਆਰ ਦਾ ਮੇਨ ਵੇਜ਼ ਔਰ ਮੈਥਡਸ ਅਪਲਾਈਡ ਇਨ ਦਾ ਹਿਸਟਰੀ ਆਫ ਰਿਸਰਚ. ਪਹਿਲਾਂ ਕੀ ਹੈ, ਵੀ ਕੈਨ ਅਪਲਾਈ ਦਾ ਪਰਸਨਲ ਐਕਸਪੀਰੀਅੰਸਿਸ. ਮੰਨ ਲਓ ਤੁਹਾਨੂੰ ਲੱਗਦਾ ਕਿ ਕੋਈ ਪ੍ਰੋਬਲਮ ਸਾਹਮਣੇ ਆਈ ਹੈ, ਤੁਹਾਡਾ ਇੱਕ ਐਕਸਪੀਰੀਅੰਸ ਹੋਇਆ ਕਿ ਇਸ ਪ੍ਰੋਬਲਮ ਨੂੰ ਇਸ ਤਰੀਕੇ ਨਾਲ ਸੋਲਿਊਸ਼ਨ ਕੀਤਾ ਜਾ ਸਕਦਾ. ਮੰਨ ਲਓ ਤੁਸੀਂ ਲਾਸਟ ਮੰਥ ਦੇ ਵਿੱਚ ਤੁਹਾਨੂੰ ਕੋਲਡ ਹੋਇਆ, ਤੇ ਕੋਲਡ ਹੋਇਆ ਤਾਂ ਤੁਸੀਂ ਇਹ ਫੀਲ ਕੀਤਾ ਕਿ ਸ਼ਾਇਦ ਮੈਂ ਆਪਣਾ ਹੈਡ ਕਵਰ ਕਰਕੇ ਜਦੋਂ ਮਾਰਨਿੰਗ ਟਾਈਮ ਘਰੋਂ ਨਿਕਲੇ ਸੀ ਨਹੀਂ ਨਿਕਲ ਰਿਹਾ ਸੀ. ਇਹ ਇੱਕ ਰੀਜ਼ਨ ਹੋ ਸਕਦਾ, ਕੌਜ਼ ਹੋ ਸਕਦਾ ਮੇਰੇ ਕੋਲਡ ਹੋਣ ਦਾ. ਸੋ ਦਿਸ ਟਾਈਮ ਯੂ ਕੈਨ ਫਾਈਂਡ ਅ ਸੋਲਿਊਸ਼ਨ ਕਿ ਜਦੋਂ ਵੀ ਮੈਂ ਨੈਕਸਟ ਟਾਈਮ ਜਾਵਾਂ ਤਾਂ ਮੈਂ ਆਪਣਾ ਹੈਡ ਕਵਰ ਕਰਕੇ ਚਲੇ ਜਾਵਾਂ ਜਾਂ ਫੇਸ ਕਵਰ ਕਰਕੇ ਚਲੇ ਜਾਵਾਂ. ਸੋ ਇਟ ਕੈਨ ਬੀ ਯੋਰ ਪਰਸਨਲ ਐਕਸਪੀਰੀਅੰਸ ਟੂ ਫਾਈਂਡ ਅ ਸੋਲਿਊਸ਼ਨ ਆਫ ਅ ਪ੍ਰੋਬਲਮ. ਪੁਰਾਣੇ ਟਾਈਮ ਦੇ ਵਿੱਚ ਇਹ ਮੈਥਡ ਯੂਜ਼ ਹੁੰਦਾ ਸੀ, ਜਦੋਂ ਸਿਸਟਮੈਟਿਕ ਵੇ ਨਾਲ ਸਾਇੰਟੀਫਿਕ ਵੇ ਨਾਲ ਰਿਸਰਚ ਨਹੀਂ ਹੁੰਦੀ ਸੀ. ਜਿਵੇਂ ਜਿਵੇਂ ਪੁਰਾਣੇ ਲੋਕਾਂ ਦੇ ਐਕਸਪੀਰੀਅੰਸ ਹੁੰਦੇ ਸੀ ਅੱਜ ਤੋਂ 500,000-5,000 ਸਾਲ ਪਹਿਲਾਂ, ਤਾਂ ਲੋਕ ਆਪਣੇ ਅਨੁਭਵ ਦੇ ਆਧਾਰ 'ਤੇ, ਐਕਸਪੀਰੀਅੰਸ ਦੇ ਆਧਾਰ 'ਤੇ ਉਹਨਾਂ ਦੇ ਸਾਹਮਣੇ ਜੋ ਸਮੱਸਿਆ ਆਉਂਦੀ ਸੀ ਉਹਦਾ ਆਂਸਰ ਲੱਭਣ ਦੀ ਕੋਸ਼ਿਸ਼ ਕਰਦੇ ਸੀ. ਇੱਥੋਂ ਹੀ ਡਿਵੈਲਪ ਹੋਇਆ ਟ੍ਰੈਡੀਸ਼ਨ. ਟ੍ਰੈਡੀਸ਼ਨ ਮੀਨਸ ਜੋ ਤੁਹਾਡੇ ਤੋਂ ਪਹਿਲਾਂ ਵਾਲੇ ਲੋਕ ਕਰਦੇ ਆਏ ਨੇ.
ਜੋ ਲੋਕਾਂ ਦੇ ਪਰਸਨਲ ਐਕਸਪੀਰੀਐਂਸਸ ਸੀ ਉਹ ਅਗਲੀਆਂ ਜਨਰੇਸ਼ਨਸ ਵਾਸਤੇ ਕੀ ਬਣ ਗਏ, ਟ੍ਰੈਡੀਸ਼ਨਸ ਬਣ ਗਏ। ਮੀਨਸ ਪੁਰਾਣੇ ਤਰੀਕੇ ਨਾਲ ਇੱਕ ਸਮੱਸਿਆ ਆਈ ਆ, ਉਹਦਾ ਇਸ ਤਰੀਕੇ ਨਾਲ ਹੱਲ ਲੱਭਦੇ ਹੋਣੇ, ਅਸੀਂ ਉਹਨੂੰ ਫੋਲੋ ਕਰਨਾ ਸ਼ੁਰੂ ਕਰਤਾ, ਦੈਟ ਇਜ਼ ਟ੍ਰੈਡੀਸ਼ਨ। ਦੈਨ ਥਰਡ, ਫਿਰ ਐਕਸਪਰਟ ਐਂਡ ਅਥੋਰਟੀਜ਼ ਆਈਆਂ ਕਿ ਹਰ ਇੱਕ ਪ੍ਰੋਬਲਮ ਨੂੰ ਲੱਭਣ ਦੇ, ਸਲਿਊਸ਼ਨ ਲੱਭਣ ਦੇ ਐਕਸਪਰਟ ਨੇ, ਇਹਨਾਂ ਦਾ ਇਸ ਫੀਲਡ ਦੇ ਵਿੱਚ ਕੰਮ ਕੀਤਾ ਹੋਇਆ, ਜੋ ਸੁਜੈਸਟ ਕਰਦੇ ਨੇ ਵੀ ਸ਼ੁੱਡ ਫੋਲੋ ਇਟ, ਦੈਟ ਇਜ਼ ਐਕਸਪਰਟ ਐਂਡ ਅਥਾਰਟੀਜ਼। ਅਥਾਰਟੀਜ਼ ਕੀ ਨੇ ਕਿ ਤੁਸੀਂ ਇਹੋ ਜਿਹਾ ਵੀ ਟਾਈਮ ਦੇਖਿਆ ਇੰਡੀਅਨ ਹਿਸਟਰੀ ਦੇ ਵਿੱਚ ਜਦੋਂ ਜੋ ਰਾਜਾ ਨੇ ਕਹਿਤਾ ਜਾਂ ਜੋ ਅਥਾਰਟੀ ਨੇ ਕਹਿਤਾ ਉਹਨੂੰ ਅੱਖਾਂ ਮੀਚ ਕੇ ਫੋਲੋ ਕੀਤਾ ਜਾਂਦਾ ਸੀ। ਸੋ ਜੋ ਅਥਾਰਟੀਜ਼ ਕਹਿੰਦੀਆਂ ਸੀ ਉਹਨੂੰ ਉਸੇ ਤਰੀਕੇ ਨਾਲ ਫੋਲੋ ਕੀਤਾ ਜਾਂਦਾ ਸੀ। ਜਿਹਦੇ ਵਿੱਚ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣੀ ਚਾਹਾਂਗਾ ਕਿ ਕਿਸੇ ਟਾਈਮ ਇਹ ਕਿਹਾ ਗਿਆ ਸੀ ਕਿ ਟੋਪਿਕਸ, ਸੋ ਕੀ ਹੁੰਦਾ ਸੀ ਕਿ ਫਿਰ ਐਕਸਪਰਟ ਐਂਡ ਅਥਾਰਟੀਜ਼ ਜੋ ਕਹਿੰਦੀਆਂ ਸੀ ਉਹਨੂੰ ਸਾਰੇ ਫੋਲੋ ਕਰਦੇ ਸੀ। ਉਸ ਤੋਂ ਬਾਅਦ ਇੱਕ ਟਾਈਮ ਆਇਆ ਕਿ ਨਹੀਂ ਨਹੀਂ ਇਸ ਤਰੀਕੇ ਨਾਲ ਨਹੀਂ ਹੁੰਦਾ, ਈਚ ਪ੍ਰੋਬਲਮ ਹੈਜ਼ ਵਨ ਸੋਲਿਊਸ਼ਨ, ਬਟ ਦੈਟ ਸੋਲਿਊਸ਼ਨ ਡਜ਼ ਨਾਟ ਡਿਪੈਂਡ ਅਪੋਨ ਪਰਸਨਲ ਐਕਸਪੀਰੀਅੰਸ, ਟ੍ਰੈਡੀਸ਼ਨ ਔਰ ਅਥਾਰਟੀਜ਼। ਵੀ ਹੈਵ ਟੂ ਫਾਈਂਡ ਆਊਟ ਦਾ ਲੋਜਿਕ ਵਾਏ, ਫਿਰ ਵਟ ਵਾਏ ਹੋ, ਜਦੋਂ ਅਸੀਂ ਤਿੰਨ ਗੱਲਾਂ ਕਹਿੰਦੇ ਹਾਂ ਕਿ ਕੀ ਕਿਵੇਂ ਕਦੋਂ, ਵਟ ਵਾਏ ਹੋ, ਜਦੋਂ ਇਹ ਕੰਸੈਪਟ ਦੀ ਗੱਲ ਸ਼ੁਰੂ ਹੋਈ ਦੈਨ ਕਮਸ ਦਾ ਰੋਲ ਆਫ ਲੋਜਿਕ। ਜਦੋਂ ਰਿਸਰਚ ਆਪਣੀ ਗਰੋਥ ਕਰਦੀ ਗਈ, ਰਿਸਰਚ ਆਪਣੇ ਨੈਕਸਟ ਸਟੈਪ ਤੱਕ ਪਹੁੰਚਦੀ ਗਈ, ਦੈਨ ਲੋਕਾਂ ਨੇ ਕੁਐਸਚਨ ਰੇਜ਼ ਕੀਤਾ ਜਿਹਨੂੰ ਤੁਸੀਂ ਸਾਇੰਟੀਫਿਕ ਏਰਾ ਕਹਿੰਦੇ ਹੋ, ਸਾਇੰਸ ਦਾ ਏਰਾ ਕਹਿੰਦੇ ਹੋ, ਕਿ ਨੋ, ਈਚ ਐਂਡ ਐਵਰੀਥਿੰਗ ਹੈਜ਼ ਸਮ ਕੌਜ਼ ਐਂਡ ਸਮ ਇਫੈਕਟ। ਸੋ ਜਦੋਂ ਅਸੀਂ ਸਾਇੰਸ ਨੂੰ ਜੇ ਡਿਫਾਈਨ ਕਰਨਾ ਹੋਵੇ, ਆਈ ਆਲਵੇਜ਼ ਡਿਫਾਈਨ ਸਾਇੰਸ ਇਨ ਟੂ ਟੂ ਵਰਡਸ, ਵਨ ਇਜ਼ ਅ ਕੌਜ਼, ਅਨਦਰ ਇਜ਼ ਅ ਇਫੈਕਟ। ਸਾਇੰਸ ਦੀ ਕੋਈ ਵੀ ਥਿਊਰੀ, ਸਾਇੰਸ ਦਾ ਕੋਈ ਵੀ ਲਾਅ, ਆਲ the concept, all the principle, all the laws of science revolve around two factor, one is a cause and another is a effect. har ek cheez da koi na koi karan hoega, us karan de karan koi na koi prabhav hoega. tusi science da koi bhi topic lao, oh topic inna do words de around tonu ghumda nazar aayega. so ek hi hai ke logic, ek ki hai cause, dooja ki hai effect. so there is a logic, koi na koi unna da relation hai, koi na koi unna da logic hai. ਹੁਣ ਲੋਜਿਕ ਨੂੰ ਲੱਭਣ ਦੇ ਦੋ ਵੇ ਨੇ, ਵਨ ਇਜ਼ ਇੰਡਕਟਿਵ ਵੇ, ਅਨਦਰ ਇਜ਼ ਅ ਡਿਡਕਟਿਵ ਵੇ। ਕੈਨ ਐਨੀ ਵਨ ਗਿਵ ਮੀ ਐਨ ਐਗਜ਼ਾਮਪਲ, ਵਟ ਇਜ਼ ਇੰਡਕਟਿਵ ਐਂਡ ਵਟ ਇਜ਼ ਡਿਡਕਟਿਵ, ਐਨੀ ਆਈਡੀਆ? ਸਰ ਅਗਰ ਅਸੀਂ ਐਗਜ਼ਾਮਪਲਸ ਪਹਿਲਾਂ ਚੈੱਕ ਕਰਕੇ ਫਿਰ ਕਨਕਲੂਜਨ ਬਣਾਉਂਦੇ ਹਾਂ, ਆਈ ਥਿੰਕ ਇਹਨੂੰ ਇੰਡਕਟਿਵ ਕਹਿੰਦੇ ਆ ਸ਼ਾਇਦ। ਓਕੇ, ਦੈਨ ਵਟ ਇਜ਼ ਡਿਡਕਟਿਵ, ਪਲੀਜ਼ ਟ੍ਰਾਈ। ਸਰ ਕਿਸੇ ਚੀਜ਼ ਸੇ ਕੋਈ ਰਿਜ਼ਲਟ ਨਿਕਲਣਾ, we okay. can go by the name, jo name da meaning hai, deductive means ki jo cheez hai pehle ohde cho kuch minus karna, means ki koi chori ya kuch pehle bani hoegi ohde nu dekh ke thoda bahut ohde cho deduct kuch statements nu cancel karke ohda kuch logic nikalna. ਠੀਕ ਹੈ, ਇਹ ਹੁੰਦੀ ਹੈ ਕਿ ਸਭ ਤੋਂ ਸਿੰਪਲ ਇੰਟਰਪ੍ਰੀਟੇਸ਼ਨ ਕਿ ਆਪਾਂ ਵਰਡ ਦਾ ਮੀਨਿੰਗ ਕੱਢ ਲਈਏ, ਸ਼ਾਇਦ ਉਹਦੇ ਵਿੱਚੋਂ ਮੀਨਿੰਗ ਉਹਦਾ ਐਗਜੈਕਟ ਮੀਨਿੰਗ ਬਾਹਰ ਆ ਜਾਵੇ। ਯੂ ਹੈਵ ਟ੍ਰਾਈਡ ਯੂਅਰ ਬੈਸਟ। ਹੋਰ ਕੋਈ ਆਈਡੀਆ ਬੇਟਾ? ਪਹਿਲਾਂ ਇੰਡਕਟਿਵ ਕਾਫੀ ਨੇੜੇ ਸੀ, ਡਿਡਕਟਿਵ ਨੂੰ ਆਪਾਂ ਨੂੰ ਇੰਪਰੂਵ ਕਰਨਾ ਪਏਗਾ। ਇੰਡਕਟਿਵ ਆਂਸਰ ਇਜ਼ ਵੈਰੀ ਕਲੋਜ਼। ਕੋਈ ਐਗਜ਼ਾਮਪਲ ਜਿਵੇਂ ਮੈਂ ਪਹਿਲਾਂ ਸ਼ੇਅਰ ਕੀਤਾ ਸੀ, ਜਦੋਂ ਤੁਸੀਂ ਕਿਸੇ ਨੂੰ ਐਕਸਪਲੇਨ, ਕਿਸੇ ਚੀਜ਼ ਨੂੰ ਐਕਸਪਲੇਨ ਕਰ ਪਾਉਂਦੇ ਹੋ, ਦੈਨ ਯੂ ਆਰ ਐਟ ਦਾ ਅੰਡਰਸਟੈਂਡਿੰਗ ਲੈਵਲ। ਲੇਕਿਨ ਜੇ ਤੁਸੀਂ ਉਸਦੀ ਨਾਲ ਦੀ ਨਾਲ ਐਗਜ਼ਾਮਪਲ ਦੇ ਪਾਉਂਦੇ ਹੋ, ਇਟ ਮੀਨਸ ਯੂ ਹੈਵ ਗੋਨ ਟੂ ਅਨਦਰ ਲੈਵਲ ਆਫ ਅੰਡਰਸਟੈਂਡਿੰਗ। ਕੋਈ ਐਗਜ਼ਾਮਪਲ ਦੋਨਾਂ ਦੀ, ਇੰਡਕਟਿਵ ਅਤੇ ਡਿਡਕਟਿਵ ਦੀ? ਓਕੇ, ਹੁਣ ਆਪਾਂ ਇੰਡਕਟਿਵ ਦੀ ਗੱਲ ਕਰਦੇ ਹਾਂ। ਇੰਡਕਟਿਵ ਮੀਨਸ ਕੁਛ ਇੰਡਿਊਸ ਕਰਨਾ, ਇੰਡਕਸ਼ਨ ਕਰਨੀ। ਤੁਸੀਂ ਬਿਲਕੁਲ ਐਗਜੈਕਟਲੀ ਬੋਲਿਆ ਸੀ, ਐਗਜ਼ਾਮਪਲ ਟੂ ਰੂਲ ਵੱਲ ਨੂੰ ਜਾਣਾ। ਇਹਨੂੰ ਦੂਜੀ ਤਰ੍ਹਾਂ ਤਰੀਕੇ ਨਾਲ ਇਸ ਤਰ੍ਹਾਂ ਯਾਦ ਕਰ ਸਕਦੇ ਹੋ ਕਿ ਇੰਡਕਟਿਵ ਮੈਥਡ ਆਲਵੇਜ਼ ਮੂਵ ਫਰੋਮ ਐਗਜ਼ਾਮਪਲਸ ਟੂ ਰੂਲ ਐਂਡ ਡਿਡਕਟਿਵ ਰੂਲਸ ਟੂ ਐਗਜ਼ਾਮਪਲਸ। ਦੋਨਾਂ ਦਾ ਸਿੰਪਲ ਮੀਨਿੰਗ ਸਮਝ ਆ ਗਿਆ, ਸਿੰਪਲ ਡਿਫਰੈਂਸ। ਇੰਡਕਟਿਵ ਆਲਵੇਜ਼ ਮੂਵ ਫਰੋਮ ਐਗਜ਼ਾਮਪਲ ਟੂ ਰੂਲ ਐਂਡ ਡਿਡਕਟਿਵ ਮੂਵਸ ਫਰੋਮ ਰੂਲਸ ਟੂ ਐਗਜ਼ਾਮਪਲ। ਨਾਓ ਵੀ ਆਰ ਟੇਕਿੰਗ ਵਨ ਐਗਜ਼ਾਮਪਲ, ਲਾਈਕ ਮੈਂ ਬਿਲਕੁਲ ਸਿੰਪਲ ਐਗਜ਼ਾਮਪਲ ਲਵਾਂ ਕਿ ਜਿਹੜਾ ਮੈਨ ਹੈ ਉਹ ਨਾਸ਼ਵਾਨ ਹੈ। ਹਰੇਕ ਹਿਊਮਨ ਬੀਂਗ ਨੇ ਇੱਕ ਨਾ ਇੱਕ ਦਿਨ ਮਰਨਾ। ਜਦੋਂ ਅਸੀਂ ਇਹ ਸਟੇਟਮੈਂਟ ਦੇ ਰਹੇ ਹਾਂ ਕਿ ਮੈਨ ਇਜ਼ ਮੋਰਟਲ, ਸੋ ਉਹਨੇ ਇੱਕ ਨਾ ਇੱਕ ਦਿਨ ਖਤਮ ਹੋਣਾ, ਨਾਸ਼ਵਾਨ ਹੈ, ਡੈਥ ਹੋਣੀ ਹੈ। ਜਦੋਂ ਮੈਨ ਮੋਰਟਲ ਹੈ ਤਾਂ ਮੈਂ ਵੀ ਕੀ ਹਾਂ, ਪ੍ਰਗਟ ਸਿੰਘ ਇਜ਼ ਆਲਸੋ ਅ ਮੈਨ, ਸੋ ਪ੍ਰਗਟ ਸਿੰਘ ਵੀ ਕੀ ਹੋਏਗਾ, ਇੱਕ ਨਾ ਇੱਕ ਦਿਨ ਡੈਥ ਹੋਏਗੀ, ਇੱਕ ਦਿਨ ਖਤਮ ਹੋਏਗਾ। ਅਸੀਂ ਕੀ ਮੂਵ ਕੀਤੇ, ਸਾਡੇ ਕੋਲ ਇੱਕ ਸਟੇਟਮੈਂਟ ਸੀ, ਸਟੇਟਮੈਂਟ ਤੋਂ ਅਸੀਂ ਕਿੱਥੇ ਗਏ, ਇੱਕ ਐਗਜ਼ਾਮਪਲ ਵੱਲ ਨੂੰ। ਦੈਟ ਇਜ਼ ਅ ਡਿਡਕਟਿਵ ਮੈਥਡ।
ਸਾਡੇ ਕੋਲ ਕੀ ਹੈ ਸਟੇਟਮੈਂਟ ਹੈ ਸਟੇਟਮੈਂਟ ਤੋਂ ਅਸੀਂ ਕਿੱਧਰ ਨੂੰ ਮੂਵ ਕੀਤੇ ਹਾਂ ਐਗਜ਼ਾਮਪਲ ਵੱਲ ਨੂੰ ਹੋਰ ਇਹਦੀ ਐਗਜ਼ਾਮਪਲ ਆਲ ਕਰੋਜ਼ ਆਰ ਬਲੈਕ ਸਾਰੇ ਕਾਂ ਕੀ ਹੁੰਦੇ ਨੇ ਕਾਲੇ ਹੁੰਦੇ ਨੇ ਹੁਣ ਜਦੋਂ ਅਸੀਂ ਅੱਗੇ ਜਾਵਾਂਗੇ ਇਹਦੇ ਕਿ ਪਰਟੀਕੁਲਰ ਤੁਹਾਡੇ ਸਾਹਮਣੇ ਇੱਕ ਕਰੋ ਬੈਠਾ ਤੁਸੀਂ ਕੀ ਕਿਹਾ ਕਿ ਦਿਸ ਇਜ਼ ਅ ਕਰੋ ਤੁਹਾਨੂੰ ਲੌਜਿਕ ਕੀ ਦਿੱਤਾ ਹੈ ਕਿ ਆਲ ਕਰੋਜ਼ ਆਰ ਬਲੈਕ ਸੋ ਦਿਸ ਇਜ਼ ਅ ਕਰੋ ਸੋ ਦਿਸ ਕਰੋ ਇਜ਼ ਆਲਸੋ ਬਲੈਕ ਕੀ ਕਰ ਰਹੇ ਹਾਂ ਅਸੀਂ ਮੇਨ ਸਾਡੇ ਕੋਲ ਡੈਫੀਨੇਸ਼ਨ ਜਾਂ ਰੂਲ ਬਣਿਆ ਹੈ ਅਸੀਂ ਉਦੋਂ ਕੀ ਕੱਢ ਰਹੇ ਹਾਂ ਉਹਦੀ ਐਗਜ਼ਾਮਪਲ ਵੱਲ ਨੂੰ ਜਾ ਰਹੇ ਹਾਂ ਦੈਟ ਇਜ਼ ਕਾਲਡ ਡਿਡਕਟਿਵ ਰੀਜ਼ਨਿੰਗ ਸੋ ਡਿਡਕਟਿਵ ਰੀਜ਼ਨਿੰਗ ਕਿਸ ਚੀਜ਼ ਦੇ ਕੰਮ ਆਏਗੀ ਹੁਣ ਸਾਡੇ ਕੋਲ ਜਿਹੜੇ ਥਿਊਰੀ ਜਾਂ ਜਿਹੜੇ ਰੂਲ ਪਹਿਲਾਂ ਤੋਂ ਬਣੇ ਹੋਏ ਨੇ ਉਹਨਾਂ ਨੂੰ ਟੈਸਟ ਕਰਨ ਲਈ ਮੰਨ ਲਓ ਇੱਕ ਰੂਲ ਅਥਾਰਟੀ ਨੇ ਬਣਾਇਆ ਇੱਕ ਰੂਲ ਟ੍ਰੈਡੀਸ਼ਨ ਨੇ ਬਣਾਇਆ ਇੱਕ ਰੂਲ ਪਰਸਨਲ ਐਕਸਪੀਰੀਅੰਸ ਨੇ ਬਣਾਇਆ ਨਾਓ ਵੀ ਹੈਵ ਟੂ ਟੈਸਟ ਵੈਦਰ ਦਾ ਰੂਲ ਇਜ਼ ਸਟਿਲ ਐਗਜਿਸਟਿੰਗ ਔਰ ਨੋਟ ਵੈਦਰ ਦਾ ਰੂਲ ਇਜ਼ ਸਟਿਲ ਵਰਕਿੰਗ ਔਰ ਨੋਟ ਵੀ ਹੈਵ ਟੂ ਅਪਲਾਈ ਦਾ ਡਿਡਕਸ਼ਨ ਅਸੀਂ ਉਹ ਰੂਲ ਨੂੰ ਦੇਖਾਂਗੇ ਹੁਣ ਇਹਨੂੰ ਹੋਰ ਤੁਸੀਂ ਆਪਣੇ ਸਿਲੇਬਸ 'ਚ ਲੈ ਆਓ ਲਾਈਕ ਲਾਅ ਆਫ ਡਿਮਾਂਡ Law of demand says that when the price of a commodity increases, the corresponding demand decreases. Jadon price increase hundi hai, the demand decrease ho jandi hai. That is the law of demand and vice versa. So, ek hi hai law of demand. Jadon tusi is law nu jaake bazaar de vich test karde ho ki ek cheez di price vadhi ki khareedan wale ghate ne ja nahi ghate buyer. So, it means you are moving from law, rule, principle to ਐਗਜ਼ਾਮਪਲ ਜਿਹਦੇ ਨਾਲ ਕੀ ਕਰੋਗੇ ਤੁਸੀਂ ਪਹਿਲਾਂ ਤੋਂ ਬਣੇ ਹੋਏ ਰੂਲਸ ਨੂੰ ਟੈਸਟ ਕਰ ਸਕਦੇ ਹੋ ਵੈਦਰ ਦੇ ਆਰ ਵਰਕਿੰਗ ਔਰ ਨੋਟ ਇਹ ਦੂਜੀ ਡਾਇਰੈਕਸ਼ਨ 'ਚ ਕਿੱਧਰ ਜਾਵਾਂਗੇ ਅਸੀਂ ਇੰਡਕਟਿਵ ਦੇ ਵਿੱਚ ਇੰਡਕਟਿਵ 'ਚ ਕੀ ਕਰਦੇ ਹਾਂ ਅਸੀਂ ਐਗਜ਼ਾਮਪਲ ਦੇਖਦੇ ਹਾਂ ਇੱਕ ਐਗਜ਼ਾਮਪਲ ਦੋ ਐਗਜ਼ਾਮਪਲ ਤਿੰਨ ਐਗਜ਼ਾਮਪਲ ਚਾਰ ਐਗਜ਼ਾਮਪਲ ਪੰਜ ਐਗਜ਼ਾਮਪਲ ਦੈਨ ਉਹਨਾਂ ਐਗਜ਼ਾਮਪਲ ਦੇ ਵਿੱਚੋਂ ਕਾਮਨ ਪੁਆਇੰਟਸ ਕੱਢ ਕੇ ਵੀ ਰੀਚ ਟੂ ਵਨ ਪ੍ਰਿੰਸੀਪਲ ਵਨ ਰੂਲ ਵਨ ਥਿਊਰੀ ਇਟ ਮੀਨਸ to form new theories we can apply inductive method to test the previous theories we can apply deductive method so I think the difference of two methods of logic may be very much clear beta what is the role of inductive yes, and what is the role of a deductive with the inductive method or with induction we can frame new theories we can frame new rules we can frame new principles but with the help of deductive or deduction or deductive method of logic we can test whether the existing theories are valid or not whether they are working or not so pehla to bane hai siddhantan nu theories nu test karne liye we can use deductive method ਅਤੇ ਨਵੀਆਂ ਥਿਊਰੀਜ ਬਣਾਉਣ ਲਈ ਨਵੇਂ ਪ੍ਰਿੰਸੀਪਲਸ ਬਣਾਉਣ ਲਈ ਵੀ ਕੈਨ ਯੂਜ਼ ਇੰਡਕਟਿਵ ਮੈਥਡ ਬੋਥ ਆਰ ਦ ਕੀ ਕੰਪੋਨੈਂਟ ਆਫ ਰਿਸਰਚ ਦੋਨਾਂ ਦੀ ਲੋੜ ਪੈਂਦੀ ਹੈ ਕਈ ਵਾਰ ਸਾਨੂੰ ਪੁਰਾਣੇ ਪ੍ਰਿੰਸੀਪਲਸ ਨੂੰ ਚੈੱਕ ਕਰਨਾ ਪੈਂਦਾ ਪੁਰਾਣੀਆਂ ਥਿਊਰੀਜ਼ ਨੂੰ ਕਿ ਵੈਦਰ ਦੇ ਆਰ ਸੋ ਇਨ ਦਿਸ ਵੇ ਬਣੀਆਂ ਹੋਈਆਂ ਚੀਜ਼ਾਂ ਨੂੰ ਪਹਿਲਾਂ ਤੋਂ ਪ੍ਰਿੰਸੀਪਲਸ ਨੂੰ ਲਾਅ ਨੂੰ ਟੈਸਟ ਕਰਨ ਲਈ ਵੀ ਯੂਜ਼ ਡਿਡਕਟਿਵ ਮੈਥਡ ਨਵੀਆਂ ਥਿਊਰੀਜ਼ ਜਨਰੇਟ ਕਰਨ ਲਈ ਵੀ ਯੂਜ਼ ਇੰਡਕਟਿਵ ਮੈਥਡ ਜਦੋਂ ਅਸੀਂ ਦੋਨੋਂ ਮੈਥਡਸ ਨੂੰ ਇਕੱਠੇ ਕਰ ਦਿੰਦੇ ਹਾਂ ਦੋਨੋਂ ਮੈਥਡ ਦੀਆਂ ਜਿਹੜੇ ਕੰਪੋਨੈਂਟਸ ਨੇ ਉਹਨਾਂ ਨੂੰ ਯੂਜ਼ ਕਰਕੇ ਅਸੀਂ ਨਵਾਂ ਮੈਥਡ ਦੀ ਕਿਉਂਕਿ ਇੰਡਕਟਿਵ ਦੇ ਆਪਣੀਆਂ ਕੁਛ ਕਮੀਆਂ ਨੇ ਡਿਡਕਟਿਵ ਦੀਆਂ ਆਪਣੀਆਂ ਕੁਛ ਕਮੀਆਂ ਨੇ ਇੰਡਕਟਿਵ ਨਾਲ ਸਿਰਫ ਕੀ ਕਰ ਸਕਦੇ ਹਾਂ ਅਸੀਂ ਵੀ ਕੈਨ ਫਰੇਮ ਨਿਊ ਥਿਊਰੀਜ਼ ਬਟ ਵੀ ਕੈਨ ਨੋਟ ਟੈਸਟ ਦਾ ਫਰੇਮਡ ਰੂਲਸ ਡਿਡਕਟਿਵ ਦੀ ਕੀ ਹੈ ਵੀ ਕੈਨ ਟੈਸਟ ਦਾ ਫਰੇਮ ਰੂਲ ਔਰ ਆਲਰੇਡੀ ਐਗਜਿਸਟਿੰਗ ਥਿਊਰੀ ਬਟ ਵੀ ਕੈਨ ਨੋਟ ਮੇਕ ਨਿਊ ਥਿਊਰੀਜ਼ ਲੇਕਿਨ ਰਿਸਰਚ ਦੇ ਵਿੱਚ ਸਾਨੂੰ ਦੋਨਾਂ ਦੀ ਲੋੜ ਪੈਂਦੀ ਹੈ ਇੰਡਕਸ਼ਨ ਦੀ ਵੀ ਤੇ ਡਿਡਕਸ਼ਨ ਦੀ ਵੀ ਸੋ ਦੋਨਾਂ ਨੂੰ ਕਲੱਬ ਕਰਕੇ ਦੋਨਾਂ ਦੀ ਪੁਆਇੰਟਸ ਦੇ ਵਿੱਚੋਂ ਪੁਆਇੰਟਸ ਲੈ ਕੇ ਦੈਨ ਥਰਡ ਐਂਡ ਦਾ ਨੈਕਸਟ ਮੈਥਡ ਵਿਚ ਇਜ਼ ਇਨ ਪ੍ਰੈਕਟਿਸ ਨਾਓ ਆ ਡੇਜ਼ ਇਜ਼ ਕਾਲਡ ਸਾਇੰਟੀਫਿਕ ਮੈਥਡ ਦਿਸ ਇਜ਼ ਆਲਸੋ ਅ ਮੇਨ ਪੁਆਇੰਟ ਆਫ ਯੂਅਰ ਸਿਲੇਬਸ ਵਟ ਇਜ਼ ਸਾਇੰਟੀਫਿਕ ਮੈਥਡ ਸੋ ਸਾਇੰਟੀਫਿਕ ਮੈਥਡ ਇਨਕਲੂਡਸ ਇੰਡਕਟਿਵ ਰੀਜ਼ਨਿੰਗ ਐਜ਼ ਵੈਲ ਐਜ਼ ਡਿਡਕਟਿਵ ਰੀਜ਼ਨਿੰਗ ਸੋ ਇਹ ਉਹਦੀ ਦਿਖਾਈ ਗਈ ਹੈ ਇੱਕ ਪ੍ਰੋਸੈਸ ਕਿ ਡਿਡਕਟਿਵ ਕਿਵੇਂ ਕੰਮ ਕਰਦਾ ਟੋਪ ਟੂ ਬੋਟਮ ਇੰਡਕਟਿਵ ਕਿਵੇਂ ਕੰਮ ਕਰਦਾ ਬੋਟਮ ਟੂ ਟੋਪ ਜਦੋਂ ਅਸੀਂ ਡਿਡਕਸ਼ਨ 'ਚ ਜਾਂਦੇ ਹਾਂ ਵੀ ਮੂਵ ਫਰੋਮ ਥਿਊਰੀ ਟੂ ਹਾਈਪੋਥੀਸਿਸ ਐਂਡ ਆਬਜ਼ਰਵੇਸ਼ਨ ਆਫ ਡਾਟਾ ਜਦੋਂ ਅਸੀਂ ਦੂਸਰੀ ਸਾਈਡ ਜਾਵਾਂਗੇ ਵੀ ਕੈਨ ਸਟਾਰਟ ਵਿਦ ਆਬਜ਼ਰਵੇਸ਼ਨ ਦੈਨ ਪੈਟਰਨ ਦੈਨ ਥਿਊਰੀ ਸੋ ਦਿਸ ਇਜ਼ ਅ ਪ੍ਰੋਸੈਸ ਆਫ ਡਿਡਕਟਿਵ ਐਂਡ ਇੰਡਕਟਿਵ method then comes the main question why do we research
ਇਹਦੇ ਵਿੱਚ ਮੈਂ ਇੱਕ ਚੀਜ਼ ਦੀ ਸਕਿਪ ਕੀਤਾ ਕਿ ਸਾਇੰਟੀਫਿਕ ਮੈਥਡ ਦੀਆਂ ਕਰੈਕਟਰਿਸਟਿਕਸ ਕੀ ਨੇ, ਇਹਨਾਂ ਨੂੰ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰ ਲੈਂਦੇ ਹਾਂ। ਸਾਇੰਟੀਫਿਕ ਮੈਥਡ ਬਾਰੇ ਮੈਂ ਤੁਹਾਨੂੰ ਐਕਸਪਲੇਨ ਕਰਤਾ, ਨੈਕਸਟ ਕਮਸ ਕਿ ਸਾਇੰਟੀਫਿਕ ਮੈਥਡ ਦੀਆਂ ਡੈਫੀਨੇਸ਼ਨ ਐਂਡ ਕਰੈਕਟਰਿਸਟਿਕਸ। ਸਟੈਪ ਅੱਗੇ ਜਾ ਕੇ ਐਕਸਪਲੇਨ ਕਰ ਰਹੇ ਹਾਂ ਕਿ ਵਾਈ ਡੂ ਵੀ ਰਿਸਰਚ, ਸਾਡਾ ਪਰਪਸ ਕੀ ਹੈ ਰਿਸਰਚ ਕਰਨ ਦਾ ਐਜੂਕੇਸ਼ਨ ਦੇ ਵਿੱਚ। ਫਸਟ ਪੁਆਇੰਟ ਕੈਨ ਬੀ ਟੂ ਫਾਈਂਡ ਨਿਊ ਆਈਡੀਆਜ਼ ਔਰ ਸਿਸਟਮ, ਸੈਕੰਡ ਫਿਲ ਇਨ ਦਾ ਬਲੈਂਕਸ ਇਨ ਨੌਲੇਜ। ਬੇਸਿਕਲੀ ਜੇ ਅਸੀਂ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ ਇਨ ਵਿਦ ਇਨ ਅ ਫਿਊ ਵਰਡਸ ਵੀ ਵਾਂਟ ਟੂ ਐਕਸਪਲੇਨ ਵਾਈ ਡੂ ਵੀ ਰਿਸਰਚ, ਬੇਸਿਕਲੀ ਰਿਸਰਚ ਹੈਜ਼ ਟੂ ਥਰੀ ਮੇਨ ਪਰਪਸ। ਪਹਿਲਾ ਪਰਪਸ ਕੀ ਹੈ, ਟੂ ਫਾਈਂਡ ਸਮਥਿੰਗ ਨਿਊ, ਜਿਸ ਤਰ੍ਹਾਂ ਮੈਂ ਪਹਿਲਾ ਪੁਆਇੰਟ ਬਣਾਇਆ, ਟੂ ਫਾਈਂਡ ਨਿਊ ਆਈਡੀਆ, ਅ ਸਿਸਟਮ, ਅ ਪ੍ਰੋਸੈਸ, ਅ ਪ੍ਰਿੰਸੀਪਲ, ਅ ਥਿਊਰੀ। ਸੋ ਸਾਡਾ ਸਭ ਤੋਂ ਪਹਿਲਾ ਪਰਪਸ ਕੀ ਹੋ ਸਕਦਾ, ਟੂ ਫਾਈਂਡ ਸਮਥਿੰਗ ਨਿਊ। ਸੈਕੰਡ ਕੀ ਹੋ ਸਕਦਾ, ਟੂ ਫਾਈਂਡ ਦਾ ਇਨਕਨਸਿਸਟੈਂਸੀ। ਜਦੋਂ ਰਿਸਰਚ ਹੁੰਦੀ ਹੈ, ਪਹਿਲਾਂ ਰਿਸਰਚ ਹੋਈ ਹੋਈ ਹੈ ਕਿਸੇ ਟੋਪਿਕ 'ਤੇ, ਕਿਸੇ ਨੇ ਉਸ ਚੀਜ਼ ਨੂੰ ਪੋਜ਼ਿਟਿਵ ਕਿਹਾ, ਕਿਸੇ ਨੇ ਉਸ ਚੀਜ਼ ਨੂੰ ਨੈਗੇਟਿਵ ਕਿਹਾ, ਕਿਸੇ ਨੇ ਉਹਦਾ ਇਫੈਕਟ ਪੋਜ਼ਿਟਿਵ ਦੱਸਿਆ, ਕਿਸੇ ਨੇ ਉਹਦਾ ਇਫੈਕਟ ਨੈਗੇਟਿਵ ਦੱਸਿਆ। ਸੋ ਅਸੀਂ ਕੀ ਕਰ ਸਕਦੇ ਹਾਂ, ਵੀ ਕੈਨ ਡੂ ਅਨਦਰ ਰਿਸਰਚ ਟੂ ਰਿਮੂਵ ਦਾ ਇਨਕਨਸਿਸਟੈਂਸੀ। ਸੈਕੰਡ ਪੁਆਇੰਟ ਹੋ ਗਿਆ ਕਿ ਇਨਕਨਸਿਸਟੈਂਸੀ ਆ ਰਹੀ ਹੈ, ਅਸੀਂ ਉਹ ਇਨਕਨਸਿਸਟੈਂਸੀ ਨੂੰ ਕੀ ਕਰਨਾ ਚਾਹੁੰਦੇ ਹਾਂ, ਵੀ ਵਾਂਟ ਟੂ ਰਿਮੂਵ ਦੈਟ ਪਰਟੀਕੁਲਰ ਇਨਕਨਸਿਸਟੈਂਸੀ ਐਂਡ ਵੀ ਵਾਂਟ ਟੂ ਰੀਚ ਟੂ ਅ ਪ੍ਰੋਪਰ ਸਲਿਊਸ਼ਨ। ਸੋ ਦਿਸ ਇਜ਼ ਦਾ ਸੈਕੰਡ ਵੇ ਕਿ ਜਿਹੜਾ ਮੇਨ ਪਰਪਜ਼ ਹੋ ਜਾਂਦਾ, ਉਹਨਾਂ ਪੁਆਇੰਟਸ ਨੂੰ ਹੀ ਅੱਗੇ ਮੈਂ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਣਾ ਕੇ ਕੁਛ ਪੁਆਇੰਟ ਬਣਾਏ ਨੇ। ਪਹਿਲਾਂ ਆ ਗਿਆ ਟੂ ਫਾਈਂਡ ਨਿਊ ਆਈਡੀਆਜ਼, ਸੈਕੰਡ ਨੌਲੇਜ ਦੇ ਵਿੱਚ ਕੁਛ ਬਲੈਂਕਸ ਨੇ। ਇੱਕ ਰਿਸਰਚ ਸਕੂਲ ਲੈਵਲ 'ਤੇ ਹੋਈ ਹੋਈ ਹੈ ਲੇਕਿਨ ਕਾਲਜ ਲੈਵਲ 'ਤੇ ਨਹੀਂ ਹੋਈ ਹੋਈ, ਇਟ ਮੀਨਸ ਦੇਰ ਇਜ਼ ਅ ਬਲੈਂਕ, ਖਾਲੀ ਸਥਾਨ ਹੈਗਾ। ਸਕੂਲ 'ਤੇ ਉਹ ਰਿਸਰਚ ਕੀਤੀ ਜਾ ਚੁੱਕੀ ਹੈ ਲੇਕਿਨ ਕਾਲਜ 'ਤੇ ਨਹੀਂ ਕੀਤੀ, ਦੈਨ ਵੀ ਕੈਨ ਕੰਡਕਟ ਰਿਸਰਚ ਇਨ ਔਨ ਕਾਲਜ ਗੋਇੰਗ ਸਟੂਡੈਂਟ ਟੂ ਕੰਪਲੀਟ ਦਾ ਡਾਟਾ। ਸੋ ਅੱਧੇ ਪਾਰਟ 'ਤੇ ਹੋਈ ਹੋਈ, ਅੱਧੇ 'ਤੇ ਅਸੀਂ ਕਰ ਰਹੇ ਹਾਂ। ਦੈਨ ਕਮਸ ਅੰਡਰਸਟੈਂਡਿੰਗ ਨੂੰ ਐਕਸਪੈਂਡ ਕਰਨ ਲਈ, ਨੌਲੇਜ ਨੂੰ ਰੀਪ੍ਰੋਡਿਊਸ ਕਰਨ ਲਈ, ਦੈਨ ਕਿਸੇ ਵੀ ਚੀਜ਼ ਬਾਰੇ ਅਦਰ ਪਰਸਪੈਕਟਿਵ ਬਾਰੇ ਜਾਣਨ ਵਾਸਤੇ ਕਿ ਇੱਕ ਵਿਊ ਪੁਆਇੰਟ ਇਹ ਕਹਿੰਦਾ, ਸੈਕੰਡ ਵਿਊ ਪੁਆਇੰਟ ਇਹ ਕਹਿੰਦਾ। ਮੰਨ ਲਓ ਜਿਵੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤੁਸੀਂ 400 ਸਾਲਾਂ ਮਨਾ ਰਹੇ ਹੋ, ਜੇ ਹੁਣ ਆਪਾਂ ਕਹੀਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕੰਟਰੀਬਿਊਸ਼ਨ ਕੀ ਆ, ਇੱਕ ਰਾਈਟਰ ਕਿਸੇ ਹੋਰ ਵੇ ਨਾ ਕਹੇਗਾ, ਸੈਕੰਡ ਰਾਈਟਰ ਉਸੇ ਚੀਜ਼ ਨੂੰ ਕਿਸੇ ਹੋਰ ਵੇ ਨਾ ਕਹੇਗਾ। ਉਹਦੀ ਇੱਕ ਹੋਰ ਲਾਈਵ ਐਗਜ਼ਾਮਪਲ, ਦ ਪ੍ਰੈਜੈਂਟ ਐਗਰੀਕਲਚਰ ਬਿੱਲਸ, ਜਿਹੜੇ ਫਾਰਮਰਸ ਨੇ ਉਹਨੂੰ ਹੋਰ ਪਰਸਪੈਕਟਿਵ ਤੋਂ ਦੇਖ ਰਹੇ ਨੇ, ਜਿਹੜੀ ਗੌਰਮੈਂਟ ਆ ਉਹਨੂੰ ਹੋਰ ਪਰਸਪੈਕਟਿਵ ਤੋਂ ਦੇਖ ਰਹੀ ਹੈ, ਜਿਹੜੇ ਐਕਸਪਰਟ ਨੇ ਉਹਨੂੰ ਹੋਰ ਪਰਸਪੈਕਟਿਵ ਤੋਂ ਦੇਖ ਰਹੇ ਨੇ। ਸੋ ਟੂ ਨੋ ਦ ਡਿਫਰੈਂਟ ਪਰਸਪੈਕਟਿਵ ਆਫ ਵਨ ਥਿੰਗ ਵੀ ਕੈਨ ਕੰਡਕਟ ਰਿਸਰਚ, ਦੈਨ ਟੂ ਕ੍ਰੀਏਟ ਨਿਊ ਨੌਲੇਜ, ਟੂ ਕ੍ਰੀਏਟ ਸਲਿਊਸ਼ਨ ਆਫ ਆਰ ਐਗਜ਼ਿਸਟਿੰਗ ਪ੍ਰੋਬਲਮਸ, ਦੈਨ ਕਿਸੇ ਵੀ ਸਿਸਟਮ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਇਫੈਕਟਿਵਨੈਸ ਵਧਾਉਣ ਵਾਸਤੇ, ਐਫੀਸ਼ੀਐਂਸੀ ਵਧਾਉਣ ਵਾਸਤੇ, ਦੈਨ ਟੂ ਵੈਰੀਫਾਈ ਦਾ ਟਰੁੱਥ, ਜਿਹਨੂੰ ਆਪਾਂ ਡਿਡਕਸ਼ਨ ਕਿਹਾ ਸੀ ਕਿ ਆਲਰੇਡੀ ਇੱਕ ਲਾਅ ਦਿੱਤਾ ਹੋਇਆ, ਪ੍ਰਿੰਸੀਪਲ ਦਿੱਤਾ ਹੋਇਆ, ਵੀ ਵਾਂਟ ਦੈਟ ਵੈਦਰ ਦਿਸ ਪ੍ਰਿੰਸੀਪਲ ਇਜ਼ ਰਾਈਟ ਔਰ ਰੋਂਗ, ਟੂ ਸੈਟਿਸਫਾਈ ਆਰ ਕਰਿਓਸਟੀ, ਮੈਨ ਇਜ਼ ਅ ਕਿਊਰੀਅਸ ਐਨੀਮਲ। ਅਸੀਂ ਕੀ ਹਾਂ, ਇੱਕ ਉਹ ਜਾਨਵਰ ਦੀ ਤਰ੍ਹਾਂ ਕਿ ਜਿਹਦੇ ਵਿੱਚ ਕਰਿਓਸਟੀ ਹੈ, ਅਦਰਵਾਈਜ਼ ਮੈਨ ਅਤੇ ਐਨੀਮਲ 'ਚ ਕੋਈ ਵੱਡਾ ਫਰਕ ਨਹੀਂ ਹੈਗਾ। ਓਨਲੀ ਡਿਫਰੈਂਸ ਇਜ਼ ਮੈਨ ਹੈਜ਼ ਦਾ ਅਬਿਲਿਟੀ ਟੂ ਥਿੰਕ, ਕਰਿਓਸਟੀ। ਸੋ ਜਿਹੜੀ ਮੈਨ ਦੀ ਕਰਿਓਸਟੀ ਹੈ ਜਾਣਨ ਦੀ ਕਿ ਇਹ ਕੀ ਹੈ, ਉਹ ਕੀ ਹੈ, ਇਹ ਕਿਉਂ ਹੋ ਰਿਹਾ, ਲੌਜਿਕ, ਵਟ, ਵਾਈ, ਹਾਓ, ਉਹਨਾਂ ਕੁਸ਼ਚਨ ਦਾ ਆਨਸਰ ਦੇਣ ਲਈ ਵੀ ਕੈਨ ਕੰਡਕਟ ਰਿਸਰਚ। ਟੂ ਕ੍ਰੀਏਟ ਮੀਨਿੰਗਸ ਇਨ ਲਾਈਫ, ਟੂ ਇੰਪਰੂਵ ਆਰ ਐਗਜਿਸਟਿੰਗ ਪ੍ਰੈਕਟਿਸਿਸ ਐਂਡ ਟੂ ਲਰਨ ਨਿਊ ਪ੍ਰੈਕਟਿਸਿਸ, ਦੈਨ ਸਾਡੇ ਬਹੁਤ ਸਾਰੇ ਪੋਲਿਸੀ ਮੈਟਰਸ ਹੋ ਸਕਦੇ ਨੇ ਉਹਨਾਂ ਨੂੰ ਜਾਣਨ ਲਈ। ਸੋ ਦੀਜ਼ ਆਰ ਦਾ ਕੀ ਪੁਆਇੰਟਸ ਵਿੱਚ ਮੋਟੀਵੇਟ ਅਸ ਟੂ ਡੂ ਰਿਸਰਚ। ਕੋਈ ਵੀ ਸਿਸਟਮ ਨੂੰ ਅਸੀਂ ਪਹਿਲਾਂ ਤੋਂ ਇੰਪਰੂਵ ਕਰਨਾ ਚਾਹੁੰਦੇ ਹਾਂ, ਕੁਛ ਨਵਾਂ ਜਾਣਨਾ ਚਾਹੁੰਦੇ ਹਾਂ, ਫਾਰ ਦੈਟ ਪਰਪਸ ਵੀ ਕੈਨ ਕੰਡਕਟ ਰਿਸਰਚ। ਟੂਡੇ ਵੀ ਡਿਸਕਸ ਵਟ ਇਜ਼ ਰਿਸਰਚ, ਵਟ ਆਰ ਦਾ ਰਿਲੇਟਡ ਟਰਮਸ ਵਿਦ ਰਿਸਰਚ, ਡਿਸਕਵਰੀ ਐਂਡ ਇਨਵੈਨਸ਼ਨ, ਦੈਨ ਵਟ ਇਜ਼ ਦਾ ਪਰਪਸ ਆਫ ਰਿਸਰਚ, ਵਟ ਇਜ਼ ਦਾ ਮੀਨਿੰਗ ਆਫ ਰਿਸਰਚ, ਐਂਡ ਵਟ ਆਰ ਦਾ ਡਿਫਰੈਂਟ ਵੇਜ਼ ਐਂਡ ਮੀਨਸ ਟੂ ਫਾਈਂਡ ਅ ਸੋਲਿਊਸ਼ਨ from a historical point of view and in a present scenario. Moving from personal experiences, now we are using a proper scientific method based on logic, which include inductive as well as deductive thinking. Then we have covered
why do we research? What are the main purposes of doing research? So this is your first class of research. In the second class, we will discuss about the scientific method, characteristics of scientific method, as well as the research process. So you are most welcome to ask any question from the given presentation. ਤੁਹਾਡਾ ਕੋਈ ਲੱਗਦਾ ਕੁਐਸਚਨ ਹੈ, ਯੂ ਆਰ ਮੋਸਟ ਵੈਲਕਮ। ਇਸ ਟੌਪਿਕ ਨੂੰ ਪੜ੍ਹਨ ਲਈ ਤੁਸੀਂ ਵੈਬਸਾਈਟ ਤੋਂ ਜੇ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਬਹੁਤ ਸਾਰੀਆਂ ਰਿਸਰਚ ਦੀਆਂ ਬੁੱਕਸ ਡਾਊਨਲੋਡ ਵੀ ਕਰ ਸਕਦੇ ਹੋ ਜਿਹੜੀਆਂ ਫ੍ਰੀ ਆਫ ਕੋਸਟ ਤੁਹਾਨੂੰ ਅਵੇਲੇਬਲ ਨੇ, ਜਿਹਦੇ ਵਿੱਚ ਜੇ ਸਰਚ ਕਰੋਗੇ ਵਨ ਵੈਰੀ ਗੁੱਡ ਬੁੱਕ ਇਜ਼ ਅਵੇਲੇਬਲ ਔਨ ਇੰਟਰਨੈਟ, ਰਣਜੀਤ ਕੁਮਾਰ। ਤੁਸੀਂ ਰਿਸਰਚ ਮੈਥਡੋਲੋਜੀ ਪਾਓਗੇ, ਰਿਸਰਚ ਮੈਥਡੋਲੋਜੀ ਬਾਏ ਰਣਜੀਤ ਕੁਮਾਰ, ਆਈ ਥਿੰਕ ਉਹਦੀ ਬੁੱਕ ਤੁਹਾਨੂੰ ਔਨਲਾਈਨ PDF 'ਚ ਵੀ ਮਿਲ ਜਾਏਗੀ। ਉਸ ਤੋਂ ਬਿਨਾਂ ਤੁਸੀਂ ਸਟਾਰਟ ਕਰਨੀ ਆ ਤਾਂ ਤੁਸੀਂ ਕੋਈ ਵੀ ਕੁਲਵੀਰ ਸਿੰਘ ਦੀ ਬੁੱਕ ਹੈ, ਬੇਸਿਕ ਬੁੱਕ ਕੁਲਵੀਰ ਸਿੰਘ ਦੀ ਬੁੱਕ ਤੋਂ ਸਟਾਰਟ ਕਰ ਸਕਦੇ ਹੋ। ਇਸੇ ਤਰੀਕੇ ਨਾਲ ਜੇ ਤੁਸੀਂ ਥੋੜ੍ਹਾ ਜਿਹਾ ਵਧੀਆ ਪੜ੍ਹਨਾ ਚਾਹੁੰਦੇ ਹੋ, ਦੈਨ ਯੂ ਕੈਨ ਯੂਜ਼ ਜੌਨ ਡਬਲਯੂ ਬੈਸਟ। ਇਟ ਇਜ਼ ਦਾ ਮੇਨ ਬੁੱਕ ਆਫ ਰਿਸਰਚ ਐਟ ਐਮਡ ਲੈਵਲ। ਸੋ ਯੂ ਕੈਨ ਸਟਾਰਟ ਵਿਦ ਕੁਲਵੀਰ ਸਿੰਘ, ਵੈਰੀ ਸਿੰਪਲ ਲੈਂਗੁਏਜ, ਔਰ ਹੋਰ ਜੇ ਤੁਹਾਨੂੰ ਕੋਈ ਲਾਇਬ੍ਰੇਰੀ 'ਚੋਂ ਮਿਲਦੀ ਆ, ਬੇਸਿਕਲੀ ਬੁੱਕ ਸਾਰੀਆਂ ਵਧੀਆ ਹੁੰਦੀਆਂ ਨੇ, ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਉਹਦੇ 'ਚੋਂ ਕਿਵੇਂ ਬੈਸਟ ਕੱਢਣਾ। ਸੋ ਯੂ ਕੈਨ ਸਟਾਰਟ ਵਿਦ ਕੁਲਵੀਰ ਸਿੰਘ, ਵੈਰੀ ਸਿੰਪਲ ਲੈਂਗੁਏਜ, ਵੈਰੀ ਆ ਜਿਹਨੂੰ ਅਸੀਂ ਕਹੀਏ ਕਿ ਬਹੁਤ ਸਿੰਪਲ ਇੰਗਲਿਸ਼ ਲਿਖੀ ਹੋਈ ਹੈ। ਦੈਨ ਜੇ ਤੁਸੀਂ ਹੋਰ ਡਿਟੇਲ 'ਚ ਜਾਣਾ, ਮੈਂ ਜਿਵੇਂ ਜਿਵੇਂ ਟੋਪਿਕ ਕਵਰ ਕਰਵਾਵਾਂਗਾ ਕੁਛ ਮੈਂ ਰੈਫਰੈਂਸ ਬੁੱਕਸ ਦੱਸ ਦਾਂਗਾ, ਲੇਕਿਨ ਫਾਰ ਦਾ ਟਾਈਮਿੰਗ ਯੂ ਕੈਨ ਸਟਾਰਟ ਵਿਦ ਕੁਲਵੀਰ ਸਿੰਘ, ਔਰ ਯੂ ਕੈਨ ਡਾਊਨਲੋਡ ਰਣਜੀਤ ਕੁਮਾਰ ਬੁੱਕ, ਔਰ ਐਨੀ ਅਦਰ ਗੁੱਡ ਬੁੱਕ ਅਵੇਲੇਬਲ ਔਨਲਾਈਨ ਔਰ ਆਫਲਾਈਨ। ਇਸ ਟੋਪਿਕ ਨੂੰ ਪੜ੍ਹ ਕੇ ਦੇਖੋ, ਜੋ ਆਪਾਂ ਡਿਸਕਸ਼ਨ ਕੀਤੀਆਂ ਨੇ ਮੈਂ ਬਿਲਕੁਲ ਸਿੰਪਲ ਲੈਂਗੁਏਜ ਕਰਵਾਈਆਂ ਨੇ, ਕਿਉਂਕਿ ਟੀਚਰਸ ਟਾਸਕ ਇਜ਼ ਟੂ ਸਿੰਪਲੀਫਾਈ ਦਾ ਟਾਸਕ। ਹੁਣ ਤੁਹਾਨੂੰ ਜਿਹੜੀਆਂ ਥਰੈਟੀਕਲ ਚੀਜ਼ਾਂ ਨੇ ਯੂ ਵਿਲ ਫਾਇੰਡ ਇਨ ਯੂਅਰ ਬੁੱਕਸ, ਸੋ ਯੂ ਕੈਨ ਗੋ ਥਰੂ ਦਾ ਬੁੱਕਸ ਐਂਡ ਟਰਾਈ ਟੂ ਅੰਡਰਸਟੈਂਡ ਦਾ ਮੀਨਿੰਗ ਆਫ ਰਿਸਰਚ। A mediocre teacher explains, a good teacher demonstrates, and a great teacher inspires. A journey which began over 100 years ago, this is the story of Guru Har Gobind Sahib Khalsa College, also known as the Wonder in Rural Hinterland.